ਜਥੇਬੰਦੀਆਂ ਦੀਆਂ ਮੰਗਾਂ ਨਾ ਮੰਨਣ ਤੇ ਹੋਵੇਗਾ ਤੇਜ ਪ੍ਰਦਰਸ਼ਨ। ਪਟਿਆਲਾ ਤੋਂ 4000 ਟਰੈਕਟਰ ਟਰਾਲੀਆਂ ਜਾਣਗੀਆਂ ਦਿੱਲੀ, ਮੁਕੰਮਲ ਹੋਣਗੀਆਂ ਤਿਆਰੀਆਂ। ਹਰਿਆਣਾ ਵਿੱਚ ਸਰਹੱਦਾਂ ਹੋਈਆਂ ਸੀਲ, 13 ਫਰਵਰੀ ਨੂੰ ਦਿੱਲੀ ਜਾਣ ਲਈ ਤਿਆਰ ਬਰ ਤਿਆਰ ਕਿਸਾਨ, ਤਿਆਰੀਆਂ ਸ਼ੁਰੂ, 12 ਤਰੀਕ ਨੂੰ ਰਵਾਨਾ ਹੋਣਗੇ ਕਿਸਾਨ। ਮਹਾਰਾਸ਼ਟਰ ਸਰਕਾਰ ਵਿਰੁੱਧ ਡਟੀ SGPC ਤੇ ਸਿੱਖ ਸੰਗਤ, ਸ਼ੋਧ ਕਾਨੂੰਨ ਦੇ ਖਿਲਾਫ ਕੱਢਿਆ ਜਾ ਰਿਹਾ ਮਾਰਚ। ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਚੁੱਕਿਆ ਏਮਸ ਦਾ ਮੁੱਦਾ, ਪੋਸਟਾਂ ਵਧਾਉਣ ਦੀ ਕੀਤੀ ਮੰਗ। ਮੋਹਾਲੀ PSEB ਮੁਲਾਜ਼ਮ ਦੇ ਧਰਨੇ ਵਿੱਚ ਪੁੱਜੇ BJP ਲੀਡਰ, ਮੁੱਖ ਮੰਤਰੀ ਮਾਨ ਨੂੰ ਕਿਹਾ ਸਾਰੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਕੰਮ ਕਰਨ ਵਾਲਾ ਹਰਾ ਪੈਨ ਕਿੱਥੇ ਗਿਆ। ਪਰਚਾ ਦਰਜ ਹੋਣ ਤੇ ਭੜਕਿਆ ਲੱਖਾ ਸਿਧਾਣਾ, ਭਾਨੇ ਸਿੱਧੂ ਦੇ ਘਰ ਜਾ ਕੇ ਬਣਾਈ ਸਰਕਾਰ ਦੀ ਰੇਲ, ਖੋਲਿਆ ਮੋਰਚਾ। ਬੱਬੂ ਮਾਨ ਦੇ ਘਰ ਦੇ ਨੇੜੇ ਹੋਇਆ ਗੈਂਗਸਟਰ ਦਾ ਇਨਕਾਊਂਟਰ, CCTV ਦੇ ਵਿੱਚ ਆਈ ਸਾਰੀ ਵਾਰਦਾਤ। ਮੋਹਾਲੀ ਪੁਲਿਸ ਦੇ SSOC ਵਿੰਗ ਦੁਆਰਾ ਗੈਂਗਸਟਰ ਨੂੰ ਕੀਤਾ ਗਿਆ ਗ੍ਰਿਫਤਾਰ। ਪੰਜਾਬ ਦਾ ਮੌਸਮ ਰਹੇਗਾ ਸਾਫ਼, ਦਿਨੇ ਧੁੱਪ ਖਿੜੇਗੀ ਤੇ ਰਾਤਾਂ ਰਹਿਣਗੀਆਂ ਠੰਡੀਆਂ। ਅੱਜ ਦੇ ਮੁੱਖ ਸਮਾਚਾਰ ਬਸ ਇੱਥੋਂ ਤੱਕ, ਕੱਲ੍ਹ ਫਿਰ ਮਿਲਾਂਗੇ, ਬਣੇ ਰਹੋ ਸਿਟੀ ਹੋਮ ਨਿਊਜ਼ ਨਾਲ।